ਉਮੀਦ ਨਹੀਂ ਹੈ, ਯਕੀਨ ਕਰੋ। ਅੱਜ ਅੱਜ ਜਿਸ ਤਰ੍ਹਾਂ ਮੈਂ ਸਕਿੱਦਾ ਕਰਕੇ ਆਇਆ ਨਾ, ਤੇ ਉੱਥੇ ਮੈਂ ਤਕਰੀਬਨ ਕੱਲਾ ਹੀ ਪਾਕਿਸਤਾਨੀ ਸੀ, ਤੇ ਤਕਰੀਬਨ ਇੱਕ ਅਰਬਨ ਲੜਕੀ ਸੀ, ਤੇ ਚਾਰ ਤਕਰੀਬਨ 9 ਕੁ ਬੰਦੇ ਸੀ, ਦੂਜੇ ਸਾਰੇ ਇਟਾਲੀਅਨ ਸੀ। ਤੇ ਮੈਂ ਸਕਿੱਦਾ ਕਰ ਰਿਹਾ ਸੀ, ਤੇ ਮੈਂ 8 ਮਿੰਟ ਵਿੱਚ ਸਾਰਾ ਸਕਿੱਦਾ ਕਰਕੇ ਬਾਹਰ ਆ ਗਿਆ ਸੀ। ਤੇ ਮੈਂ ਟੱਕ ਟੱਕ ਕਰੀ ਜਾਵਾਂ, ਜਿਹੜਾ ਐਗਜ਼ਾਮੀਨੇਟਰ ਆਇਆ ਉਹ ਮੇਰੇ ਸਿਰ ਦੇ ਆ ਕੇ ਖਲੋ ਗਿਆ, ਮਤਲਬ ਕਿ ਮੇਰੇ ਸਿਰ ਤੇ ਉਹ ਖਲੋ ਗਿਆ ਆ ਕੇ, ਮਨ ਤੱਕੀ ਜਾਵੇ। ਮੈਂ ਸਵਾਲ ਨਜ਼ਰ ਮਾਰਾਂ ਤੇ ਉਹਦੇ ਤੇ ਵੇਰੋ ਫਾਲਸੋ ਕਰਕੇ ਉਹਨੂੰ ਕਰ ਦਿਆਂ। ਮੈਨੂੰ ਕਹਿੰਦਾ ਕੀ ਕਰਨਾ ਹੈ, ਮੈਨੂੰ ਜ਼ੁਬਾਨ ਤੇ ਸਾਰੀ ਬਾਤ ਆ ਕਿ ਇੰਨੀ ਨਹੀਂ ਬੋਲਣੀ ਆਉਂਦੀ, ਮੈਂ ਕੁਝ ਨਹੀਂ ਵਿਹਲਾ ਹੀ ਹੁੰਦਾ ਤੇ ਸਟੱਡੀ ਕਿਉਂ ਨਹੀਂ ਕਰਦਾ, ਮੈਂ ਇਹਦੀ ਲਾਇਸੈਂਸ ਦੀ ਸਟੱਡੀ ਕਰਨਾ। ਤੇ ਕਹਿੰਦਾ ਇਟਾਲੀਅਨ ਬੋਲ ਲੈਣਾ, ਮੈਂ ਪੋਗੋ ਪੋਗੋ ਇਟਾਲੀਅਨ, ਤੇ ਪਰ ਸਹੀ ਲੈਣਾ ਬੋਲਣ ਨਹੀਂ ਆਉਂਦੀ। ਉਹ ਹੈਰਾਨ ਹੋ ਗਿਆ, ਹੈਰ ਉਹ ਤੁਰ ਗਿਆ। ਤੇ ਮੇਰੇ ਤੋਂ ਪਹਿਲਾਂ ਮੈਂ ਨਾ ਸਕਿੱਦਾ ਉਹਨੂੰ ਆਵਾਜ਼ ਮਾਰੀ ਕਿ ਮੈਂ ਸਕਿੱਦਾ ਬੰਦ ਕਰਨਾ, ਮੈਨੂੰ ਸਮਝ ਨਹੀਂ ਆ ਰਹੀ ਸੀ। ਤੇ ਮੈਂ ਉਹਨੇ ਮੈਨੂੰ ਆਇਆ, ਮੈਨੂੰ ਸਕਿੱਦਾ ਬੰਦ ਕੀਤਾ, ਸਕਿੱਦਾ ਜਾ ਬੰਦ ਕਰਕੇ ਉਹ ਆਪਣੇ ਜਾ ਕੁਰਸੀ ਤੇ ਬੈਠ ਗਿਆ। ਤੇ ਮੈਂ ਤੇ ਸਕਿੱਦਾ ਕਿਉਂ ਬੰਦ ਕੀਤਾ, ਤੇ ਬੰਦ ਕਰਕੇ ਜੈਸੀ ਮੈਨੂੰ ਉਹਦੇ ਕੰਪਿਊਟਰ ਤੇ ਸਕਿੱਦਾ ਪਹੁੰਚਿਆ ਨਾ, ਮੇਰੀ ਉਹਦੇ ਵੱਲ ਨਜ਼ਰ ਆਈ, ਉਹ ਨਾ ਬੜਾ ਹੈਰਾਨ ਹੋਇਆ, ਇੰਨਾ ਬੜਾ ਹੈਰਾਨਗੀ ਨਾਲ ਉਹਨੇ ਜਿਸ ਟਾਈਮ ਮੈਨੂੰ ਦੇਖਿਆ ਨਾ ਹੈਰਾਨਗੀ ਨਾਲ, ਮੈਨੂੰ ਉਸੇ ਟਾਈਮ ਪਤਾ ਲੱਗ ਗਿਆ ਸੀ ਕਿ ਮੈਂ ਪਾਸ ਹੋ ਗਿਆ। ਅੱਛਾ ਹਾਂ, ਪਾਸ ਹੋਣ ਦੀ ਮਾਸ਼ਾਅੱਲਾ, ਉਹ ਬੜੀ ਹੈਰਾਨਗੀ ਨਾਲ ਕਿ ਇਸ ਬੰਦੇ ਨੂੰ ਜ਼ੁਬਾਨ ਵੀ ਨਹੀਂ ਆਉਂਦੀ ਕਿ ਪਾਸ ਹੋ ਗਿਆ। ਉਹਨੇ ਜਿਸ ਟਾਈਮ ਮੈਨੂੰ ਦੇਖਿਆ ਮੈਨੂੰ ਪਤਾ ਲੱਗ ਗਿਆ ਮੈਂ ਪਾਸ ਹੋ ਗਿਆ। ਹੈਰ ਉਹਨੇ ਪਤਾ ਨਹੀਂ ਕੀ ਕੀਤਾ, ਮਤਲਬ ਕਿ ਉਹਨੂੰ ਸ਼ੱਕ ਸਾ, ਮੈਂ ਇਹ ਦਰਵਾਜ਼ੇ ਵਿੱਚ ਹੀ ਸਾ ਤੇ ਤਕਰੀਬਨ ਬਾਹਰ ਨਿਕਲ ਰਿਹਾ ਸੀ, ਤੇ ਇਹ ਬਾਹਰ ਦਰਵਾਜ਼ੇ ਬਾਹਰ ਨਿਕਲਿਆ ਤੇ ਸਾਹਮਣੇ ਪੁਲਿਸ ਵਾਲੇ ਦੋ ਖਲੋਤੇ ਹੈ, ਉਹਨਾਂ ਮੈਨੂੰ ਸਿਰਫ ਮੇਰੇ ਵਾਸਤੇ ਖਲੋਤੇ ਹੈ। ਤੇ ਮੈਂ ਇਹ ਬਾਹਰ ਨਿਕਲਦਾ ਗਿਆ ਤੇ ਉਹਨਾਂ ਮੈਨੂੰ ਸਾਈਡ ਦੇ ਕਰ ਦਿਆ, ਤੇ ਮੈਨੂੰ ਕਹਿੰਦੇ ਕਿ ਡਾਕੂਮੈਂਟਸ ਤੇ ਮੈਂ ਡਾਕੂਮੈਂਟਸ ਚੈੱਕ ਕਰਵਾਏ, ਉਹਨੇ ਡਾਕੂਮੈਂਟਸ ਚੈੱਕ ਕਰਵਾਏ, ਤੇ ਬਸ ਗੱਲਬਾਤ ਇੰਜੇ ਕਰਦੇ ਰਹੇ। ਤੇ ਮੈਨੂੰ ਸ਼ੱਕ ਹੈ ਕਿ ਮੈਂ ਹੈ ਕਿ ਅੰਦਰੋਂ ਹੀ ਬਸ ਆਈ ਹੈ ਸ਼ਿਕਾਇਤ ਕਿ ਬੰਦੇ ਦੇ ਕੋਈ ਡਾਊਟ ਹੈ। ਮਾਸ਼ਾਅੱਲਾ, ਇਸ ਤਰ੍ਹਾਂ ਸਕਿੱਦਾ ਕੀਤਾ ਨੇ ਕਿ ਪੁਲਿਸ ਆ ਗਈ, ਟੈਨਸ਼ਨ ਬਣ ਗਈ ਉਹਨਾਂ ਨੂੰ।